ਹੈਲੋ ਸਾਥੀਓ, ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਸਭ ਨੂੰ ਹੀ ਪਤਾ ਹੈ ਕਿ ਅੱਜ ATT 2364 ਦੇ ਮੇਨ ਕੇਸ ਦੇ ਉੱਪਰ ਜੋ ਹੈ ਉਹ ਸੁਣਵਾਈ ਹੋਣੀ ਸੀ। ਇਸ ਨੂੰ ਲੈ ਕੇ ਅਪਡੇਟ ਜੋ ਹੈ ਉਹ ਆ ਚੁੱਕੀ ਹੈ। ਕੀ ਅਪਡੇਟ ਹੈ ਤੁਹਾਡੇ ਨਾਲ, ਇਸ ਵੀਡੀਓ ਦੇ ਵਿੱਚ ਆਪਾਂ ਉਸ ਬਾਰੇ ਡਿਸਕਸ ਕਰਾਂਗੇ। ਅਗਰ ਤੁਸੀਂ ਵੀ ਚੈਨਲ 'ਤੇ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇੱਥੇ ਤੁਹਾਨੂੰ ATT 2364, ATT 5994 ਜੋ ਰਿਗਾਰਡਿੰਗ ਜੋ ਵੀ ਅਪਡੇਟ ਆਉਂਦੀ ਆ ਉਹ ਤੁਹਾਨੂੰ ਦੇਖਣ ਨੂੰ ਮਿਲਦੀਆਂ। ਸੋ ਫਿਲਹਾਲ ਅੱਜ ATT 2364 ਦੇ ਉੱਪਰ ਜੋ ਕੇਸ ਲੱਗਿਆ ਹੋਇਆ ਮੇਨ ਕੇਸ, ਜਿਸ ਦਾ ਨੰਬਰ ਹੈ CWP 14547/2024, ਪਾਰਟੀ ਜੋ ਹੈ ਮਹਾਂਵੀਰ ਸਿੰਘ ਐਂਡ ਅਦਰ ਵਰਸਿਸ ਸਟੇਟ ਆਫ ਪੰਜਾਬ ਐਂਡ ਅਦਰ ਹੈ। ਔਰ ਇਸ ਦੀ ਅੱਜ ਹੀਅਰਿੰਗ ਹੋਣੀ ਸੀ ਕੋਰਟ ਨੰਬਰ 28 ਦੇ ਵਿੱਚ, ਸੀਰੀਅਲ ਨੰਬਰ 253 ਦੇ ਉੱਪਰ। ਅੱਜ ਬਹੁਤ ਸਾਰੇ ਕੈਂਡੀਡੇਟ ਨੂੰ ਆਸਾਂ ਸੀ ਕਿ ਇਸ ਨੂੰ ਲੈ ਕੇ ਕੋਈ ਵੱਡੀ ਅਪਡੇਟ ਜੋ ਹੈ ਨਿਕਲ ਕੇ ਸਾਹਮਣੇ ਜ਼ਰੂਰ ਆਏਗੀ, ਔਰ ਫਿਲਹਾਲ ਜੋ ਹੈ ਇੱਦਾਂ ਦਾ ਹੁੰਦਾ ਹੋਇਆ ਨਜ਼ਰ ਨਹੀਂ ਆਇਆ। ਸੋ ਕੀ ਅਪਡੇਟ ਆਈ ਹੈ? ਅਪਡੇਟ ਇਹ ਹੈ ਕਿ ਇਹ ਕੋਰਟ ਨੰਬਰ 28 ਦਾ ਜੋ ਹੈ ਚਾਰਟ ਹੈ, ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਇੰਟਰੀਮ ਰਿਲੀਫ ਔਰ ਪਾਸ ਓਵਰ। ਠੀਕ ਹੈ, ਇਹ ਮਹਾਂਵੀਰ ਸਿੰਘ ਐਂਡ ਅਦਰ ਵਰਸਿਸ ਸਟੇਟ ਆਫ ਪੰਜਾਬ ਐਂਡ ਅਦਰ ਵਾਲਾ ਕੇਸ ਹੈ, ਜਿੱਥੇ ਤੁਹਾਨੂੰ ਇੱਕ ਪਾਸ ਓਵਰ ਨਜ਼ਰ ਆ ਰਿਹਾ ਔਰ ਇੱਕ ਇੰਟਰੀਮ ਰਿਲੀਫ ਨਜ਼ਰ ਆ ਰਿਹਾ। ਹੁਣ ਇੰਟਰੀਮ ਰਿਲੀਫ ਦਾ ਮਤਲਬ ਕੀ ਹੈ ਕਿ ਕੁਝ ਸਮੇਂ ਲਈ ਜੋ ਹੈ ਰਾਹਤ ਦੇਣਾ, ਕੁਝ ਸਮੇਂ ਲਈ ਸ਼ੋਰਟ ਟਰਮ ਲਈ ਰਿਲੀਫ ਦੇਣਾ। ਪਾਸ ਓਵਰ ਬੇਸਿਕਲੀ ਉਦੋਂ ਹੁੰਦਾ ਹੈ ਜਦੋਂ ਜੋ ਐਡਵੋਕੇਟ ਹੈ ਉਹ ਕਿਸੇ ਹੋਰ ਕੋਰਟ ਰੂਮ ਦੇ ਵਿੱਚ ਕਿਸੇ ਹੋਰ ਮੈਟਰ ਦੇ ਉੱਪਰ ਡਿਸਕਸ ਕਰ ਰਿਹਾ ਹੋਵੇ। ਸੋ ਫਿਲਹਾਲ ਇਸ ਨੂੰ ਲੈ ਕੇ ਅਗਲੀ ਡੇਟ ਜੋ ਹੈ ਕੋਰਟ ਦੀ ਵੈਬਸਾਈਟ 'ਤੇ ਮੈਂਸ਼ਨ ਨਹੀਂ ਹੋਈ ਹੈ, ਜਦੋਂ ਹੀ ਉਹ ਅਪਡੇਟ ਹੋਏਗੀ ਤੁਹਾਡੇ ਨਾਲ ਇਸੇ ਚੈਨਲ 'ਤੇ ਸਾਂਝੀ ਕਰ ਦਿੱਤੀ ਜਾਏਗੀ। ਫਿਲਹਾਲ ਜੋ ਹੈ ਇਹ ਪਾਸ ਓਵਰ ਹੋਇਆ ਔਰ ਇੰਟਰੀਮ ਰਿਲੀਫ ਜੋ ਹੈ ਉਹ ਬਰਕਰਾਰ ਹੈ। ਠੀਕ ਹੈ, ਔਰ ਕਿਉਂਕਿ ਕਾਫੀ ਸਾਰੇ ਕੈਂਡੀਡੇਟ ਕਹਿ ਰਹੇ ਸੀ ਕਿ ਅੱਜ ਕੋਈ ਨਾ ਕੋਈ ਜੋ ਹੈ ਇਸ ਦਾ ਰਿਜ਼ਲਟ ਨਿਕਲ ਕੇ ਸਾਹਮਣੇ ਆਉਣ ਦੇ ਕਾਫੀ ਸਾਰੇ ਚਾਂਸ ਆ, ਲੇਕਿਨ ਜੋ ਹੈ ਉਹ ਮੈਟਰ ਹੀ ਪਾਸ ਓਵਰ ਹੋ ਗਿਆ। ਸੋ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਇਸ ਦੀ ਡੇਟ ਨੂੰ ਲੈ ਕੇ ਤੁਹਾਡੇ ਨਾਲ ਇਸੇ ਚੈਨਲ 'ਤੇ ਡਿਸਕਸ ਕਰ ਦਿੱਤਾ ਜਾਏਗਾ, ਸ਼ੇਅਰ ਕਰ ਦਿੱਤਾ ਜਾਏਗਾ। ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਉੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ। ਅਗਰ ਤੁਸੀਂ ਟੈਲੀਗ੍ਰਾਮ ਚੈਨਲ 'ਤੇ ਜੁੜਨਾ ਚਾਹੁੰਦੇ ਹੋ, ਲਿੰਕ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲ ਜਾਏਗਾ, ਉੱਥੇ ਜੋੜ ਸਕਦੇ ਹੋ। ਥੈਂਕ ਯੂ ਸੋ ਮੱਚ।